बीती 20 फरवरी नूं श्री दरबार साहब तो अगवा होए 4 साला बच्चे नूं जलंधर पुलिस ने शहर दे बस स्टैंड तो बरामद कर लिया है अते बच्चे नूं उसके परिवार दे हवाले कर दिता है। जिक्रयोग है कि अमृतसर दे अजनाला इलाके दे पिंड क्यामपुर दी सिमरजीत कौर अपने पति अते 3 बच्चियां नाल 19 फरवरी नूं श्री दरबार साहब मत्था टेकण आई सी, जिस तों बाद रात नूं ओह दरबार साहब नेड़े इक सरां विच सौ गए। सवेरे जद सिमरजीत कोई समान लैण लई दुकान ते गई अते वापस परती तां उसने देखिया कि उसका 4 साला बेटा दमन प्रीत उत्थे नहीं सी। इस तों बाद उसने फौरन इसकी जानकारी पुलिस नूं दित्ती। पुलिस ने बच्चे की फोटो अते बच्चे नूं अगवा करन वाली महिला की सीसीटीवी फुटेज पंजाब के हर जिले विच भिजवा दित्ती। इस फोटो अते फुटेज के आधार ते ही जलंधर पुलिस ने बच्चे नूं उसके परिवार नाल मिला दिता। इस बारे जानकारी दिंदिया ACP माडल टाउन धर्मपाल ने दसिया, अज जिहड़ा शाम दे वक्त सानू एक बच्चा दमनप्रीत बस स्टैंड तो मिलिया सीगा, जो साडी पुलिस पार्टी हीरा सिंह ASI सुरेंद्र सिंह ASI ते एक साडा ट्रैफिक कांस्टेबल उत्थे ड्यूटी ते सी। इह बच्चा रो रहा सी, इहनू जदों उन्हां ने नोटिस कीता तां जिहड़ा हैगा बच्चा एक कुछ दिन पहला 26 तरीक नूं उत्थों किडनैप होया सी दरबार साहब तों। ਉਹਦੀ ਉੱਥੋਂ ਅੰਮ੍ਰਿਤਸਰ ਪੁਲਿਸ ਨੇ ਸਾਨੂੰ ਵਟਸਐਪ 'ਤੇ ਉਹਦੀ ਫੋਟੋ ਅਤੇ ਵੀਡੀਓ ਭੇਜੀ ਸੀ, ਜੋ ਅੱਗੇ ਅਸੀਂ ਸਾਰੇ ਵਟਸਐਪ ਗਰੁੱਪਾਂ ਦੇ ਵਿੱਚ ਸਰਕੂਲੇਟ ਕੀਤੀ ਸੀ। ਉਹਦੀ ਹੈਲਪ ਲੈਂਦਿਆਂ ਹੋਇਆ ਜਿਹੜਾ ਬੱਚਾ ਪੁਲਿਸ ਨੇ ਪਹਿਚਾਣ ਲਿਆ, ਇਹਦੇ ਕੋਲ ਇੱਕ ਲਿਫਾਫਾ ਵੀ ਸੀ ਜਿਸ ਵਿੱਚ ਜਦੋਂ ਬੱਚੇ ਨੇ ਉਹ ਬੱਚਾ ਜਦੋਂ ਕਿਡਨੈਪ ਹੋਇਆ ਸੀ ਉਹਨੇ ਇੱਕ ਔਰੇਂਜ ਕਲਰ ਦੀ ਟੀ ਸ਼ਰਟ ਪਾਈ ਹੋਈ ਸੀ, ਉਹ ਟੀ ਸ਼ਰਟ ਵੀ ਉਸ ਲਿਫਾਫੇ ਦੇ ਵਿੱਚ ਸੀ। ਕੱਪੜੇ ਨਾਲ ਮੈਚ ਕਰਕੇ ਅਤੇ ਫਿਰ ਅਸੀਂ ਅੰਮ੍ਰਿਤਸਰ ਪੁਲਿਸ ਨਾਲ ਕੰਟੈਕਟ ਕੀਤਾ, ਬੱਚਾ ਆਪਣਾ ਨਾਮ ਦੱਸ ਰਿਹਾ ਸੀ, ਉਹੀ ਬੱਚਾ ਸੀ ਜਿਹੜਾ ਦਰਬਾਰ ਸਾਹਿਬ ਤੋਂ ਕਿਡਨੈਪ ਹੋਇਆ ਸੀ, ਜੋ ਸਾਡੀ ਪੁਲਿਸ ਪੜੀ ਨੇ ਬੜੀ ਮੁਸ਼ਤੈਦੀ ਨਾਲ ਜਿਹੜਾ ਹੈਗਾ ਇਹਨੂੰ ਲੈ ਲਿਆ ਆਪਣੇ ਕਬਜ਼ੇ ਵਿੱਚ ਲੈ ਲਿਆ। ਅਤੇ ਅਸੀਂ ਜੋ ਹੀਰਾ ਸਿੰਘ ਅਤੇ ਸਾਡੇ ਕਾਂਸਟੇਬਲ ਹੈ ਉਹਨੂੰ ਅਸੀਂ ਫਸਟ ਕਲਾਸ ਸਰਟੀਫਿਕੇਟ ਵੀ ਦੇ ਰਹੇ ਹਾਂ। ਅਤੇ ਵਟਸਐਪ ਦੇ ਰਾਹੀਂ ਜਿਹੜਾ ਟੈਕਨੋਲੋਜੀ ਨਾਲ ਅੱਜ ਸਾਨੂੰ ਕਾਫੀ ਜਿਹੜੀ ਹੈਲਪ ਮਿਲੀ ਆ, ਅਤੇ ਅਸੀਂ ਬੱਚਾ ਜਿਹੜੀ ਉਹਦੀ ਮਾਤਾ ਸਿਮਰਜੀਤ ਕੌਰ ਆ ਜੋ ਅੰਮ੍ਰਿਤਸਰ ਤੋਂ ਪੁਲਿਸ ਪਾਰਟੀ ਆਈ ਉਹਦੇ ਹੈਂਡ ਓਵਰ ਕਰ ਦਿੱਤਾ। ਸਰ ਜਿਹਨੇ ਜਿਹੜੀ ਕਿਡਨੈਪ ਕਟ ਕੀਤਾ ਉਹਦੀ ਫੋਟੋਜ਼ ਵਗੈਰਾ ਆਈ ਹੈ ਕੁਛ? ਹਾਂ, ਉਹਦੀ ਫੁਟੇਜ ਆਈ ਸੀ, ਇੱਕ ਓਲਡ ਲੇਡੀ ਸੀ ਜਿਹੜੀ ਸਰਕੂਲੇਟ ਕੀਤੀ, ਹਾਲੇ ਤੱਕ ਆਈਡੈਂਟੀਫਾਈਡ ਨਹੀਂ ਹੋਈ, ਲੇਕਿਨ ਕੇਸ ਰਜਿਸਟਰ ਹੈ ਅੰਮ੍ਰਿਤਸਰ ਪੁਲਿਸ ਵੱਲੋਂ, ਜਿਹੜਾ ਅਬਡਕਸ਼ਨ ਦਾ ਜਿਹੜਾ ਕੇਸ ਰਜਿਸਟਰ ਕੀਤਾ ਗਿਆ, ਜਦੋਂ ਵੀ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਏਗੀ ਤਾਂ ਦੋਸ਼ੀ ਨੂੰ ਉਸੇ ਵਕਤ ਗ੍ਰਿਫਤਾਰ ਕਰ ਲਿਆ ਜਾਵੇਗਾ।